ਨਾਭਾ ਏਡਸ ਪ੍ਰੋਡਕਸ਼ਨਜ਼ ਅਤੇ ਸੁਪਰ 11 ਟੀਮ ਦੇ ਵੱਲੋਂ ਕਰਨ ਜ਼ਖਮੀ ਅਤੇ ਜੇ ਸਵੈਸ਼ ਦੇ ਨਿਰਦੇਸ਼ਨ ਦੇ ਹੇਠ ਅਤੇ ਅਲਟਰ ਈਗੋ ਵੱਲੋਂ ਸੰਗੀਤਬੱਧ ਨੌਜਵਾਨ ਗਾਇਕ ਤੇਜੇਸ਼ਵਰ ਸਿੰਘ ਜੰਜੂਆ ਦਾ ਪਲੇਠਾ ਗਾਣਾ ਤੂੰ ਰਫਤੀ ਪੰਜਾਬ ਭਵਨ ਬਰੈਂਪਟਨ ਵਿਖੇ ਸਾਹਿਤ ਗੀਤ ਸੰਗੀਤ ਫਿਲਮ ਇੰਡਸਟਰੀ ਅਤੇ ਮੀਡੀਆ ਨਾਲ ਸੰਬੰਧਿਤ ਸ਼ਖਸੀਅਤਾਂ ਦੀ ਭਰਵੀਂ ਹਾਜ਼ਰੀ ਵਿੱਚ ਰਿਲੀਜ਼ ਕੀਤਾ ਗਿਆ। ਪੇਸ਼ ਹੈ ਖਾਸ ਰਿਪੋਰਟ। ਨੌਜਵਾਨ ਗਾਇਕ ਤੇਜੇਸ਼ਵਰ ਸਿੰਘ ਜੰਜੂਆ ਦਾ ਪਲੇਠਾ ਗਾਣਾ ਤੂੰ ਰਫਤੀ ਪੰਜਾਬੀ ਭਵਨ ਬਰੈਂਪਟਨ ਵਿਖੇ ਰਿਲੀਜ਼ ਕੀਤਾ ਗਿਆ। ਨਾਭਾ ਏਡਸ ਪ੍ਰੋਡਕਸ਼ਨਜ਼ ਅਤੇ ਸੁਪਰ 11 ਟੀਮ ਵੱਲੋਂ ਕਰਨ ਜ਼ਖਮੀ ਅਤੇ ਜੇ ਸਵੈਸ਼ ਦੇ ਨਿਰਦੇਸ਼ਨ ਦੇ ਹੇਠ ਅਤੇ ਅਲਟਰ ਈਗੋ ਵੱਲੋਂ ਸੰਗੀਤਬੱਧ ਕੀਤਾ ਗਿਆ ਇਹ ਗਾਣਾ ਰਿਲੀਜ਼ ਕਰਨ ਤੋਂ ਪਹਿਲਾਂ ਗਾਣੇ ਦੀ ਵੀਡੀਓ ਸਕਰੀਨ 'ਤੇ ਦਿਖਾਈ ਗਈ। ਗਾਇਕ ਤੇਜ ਜੰਜੂਆ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਜੋਕੇ ਦੌਰ ਵਿੱਚ ਧੂਮਧੜੱਲੇ ਵਾਲੇ ਗੀਤ ਮਾਰਕੀਟ ਵਿੱਚ ਧੜਾ ਧੜ ਚੱਲ ਰਹੇ ਨੇ, ਪਰ ਉਸਨੇ ਇਸ ਸਾਫ਼ ਸੁਥਰੇ ਗੀਤ ਦੇ ਰਾਹੀਂ ਔਰਤ ਦੀ ਸੰਵੇਦਨਾ, ਪਰਿਵਾਰਕ ਅਤੇ ਸਮਾਜਿਕ ਵਿਸ਼ਿਆਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਮੀਦ ਜ਼ਾਹਰ ਕੀਤੀ ਹੈ ਕਿ ਸਰੋਤਿਆਂ ਨੂੰ ਉਸਦੀ ਇਹ ਕੋਸ਼ਿਸ਼ ਜ਼ਰੂਰ ਪਸੰਦ ਆਵੇਗੀ। ਇਸ ਮੌਕੇ ਮੀਡੀਆ ਨਾਲ ਸੰਬੰਧਿਤ ਅਤੇ ਹੋਰ ਖੇਤਰਾਂ ਵਿੱਚ ਸਨਮਾਨਿਤ ਸ਼ਖਸੀਅਤਾਂ ਮੌਜੂਦ ਰਹੀਆਂ। ਸਾਰਿਆਂ ਦਾ ਸਵਾਗਤ ਕਰਦਾ ਤੇ ਮੇਰਾ ਤੁਸੀਂ ਹੌਸਲਾ ਅਫਜ਼ਾਈ ਕਰਨ ਲਈ ਆਏ ਹੋ ਇੱਥੇ ਤੇ ਇਹ ਗਾਣਾ ਮੈਂ May 9, 2018 ਨੂੰ ਲਿਖਿਆ ਸੀਗਾ। ਔਰਤ ਸਾਰਿਆਂ ਦੀ ਲਾਈਫ ਦੇ ਵਿੱਚ ਇੱਕ ਇੰਪੋਰਟੈਂਟ ਪਾਰਟ ਹੈ, ਬਟ ਕਿਤੇ ਨਾ ਕਿਤੇ ਇਹ ਸੋਚਣੀ ਹੈ ਕਿ ਵੀ ਨਿਗਲੈਕਟ ਹੋ ਜਾਂਦਾ ਕਈ ਵਾਰੀ, ਕਈ ਇਸ਼ੂਜ ਨੇ ਜਿਹੜੇ ਨਿਗਲੈਕਟ ਹੋਏ ਨੇ। ਇਹ ਮੇਰੀ ਖੁਦ ਦੀ ਪ੍ਰੋਡਕਸ਼ਨ ਹੈ, ਸਾਡੇ ਸਾਰੇ ਅਸੀਂ ਬਚਪਨ ਦੇ ਦੋਸਤ ਸੀਗੇ, ਅਸੀਂ ਰਲ ਕੇ ਸੋਚਿਆ ਕਿ ਅੱਜ ਕੱਲ੍ਹ ਜਿਵੇਂ ਦੀ ਗਾਇਕੀ ਚੱਲ ਰਹੀ ਹੈ, ਹਥਿਆਰ ਦਿਖਾਏ ਜਾ ਰਹੇ ਨੇ ਜਾਂ ਕੁਛ ਵੀ ਦਿਖਾਇਆ ਜਾ ਰਿਹਾ ਵੀ ਕੋਈ ਚੰਗੇ ਪਾਸੇ ਨਹੀਂ ਤੁਰ ਰਿਹਾ, ਯੂਥ ਵੀ ਨਹੀਂ ਤੁਰ ਰਿਹਾ ਹੈ। ਜਦ ਇਹ ਪਾਰਟ ਦਿਖਾਇਆ, ਜੋ ਚੀਜ਼ ਦਿਖਾਉਣੀ ਚਾਹੀਦੀ ਸੀ ਉਹ ਦਿਖਾਈ ਨਹੀਂ ਜਾ ਰਹੀ। ਅਤੇ ਇਹ 18 ਦੇ ਵਿੱਚ ਮੈਂ ਲਿਖਿਆ ਸੀਗਾ ਜੀ, ਫਿਰ ਹੌਲੀ ਹੌਲੀ ਕਰਕੇ ਅਸੀਂ ਸੋਚਿਆ, ਇਹਦਾ ਕੋਨਸੈਪਟ ਲਿਖਿਆ ਕਿ ਅਸੀਂ ਇਸ਼ੂ ਸੋਚੇ। ਅਤੇ ਅੱਗੇ ਵੀ ਆਉਣ ਵਾਲੇ ਵੀ ਮੇਰੇ, ਮੈਂ 2-3 ਗਾਣੇ ਰਿਕਾਰਡ ਕੀਤੇ ਆ 2020 ਦੇ ਵਿੱਚ, 2 ਵੀਡੀਓਜ਼ ਆਲਰੇਡੀ ਇਨ ਪ੍ਰੋਸੈਸ ਨੇ, ਉਹ ਵੀ ਇਹ ਸੋਸ਼ਲ ਇਸ਼ੂਜ਼ ਦੇ ਉੱਤੇ ਹੀ ਨੇ ਕਿ ਜੋ ਕਿ ਰੇਜ਼ ਕਰ ਸਕਦੇ ਹਾਂ, ਅਸੀਂ ਦਿਖਾ ਸਕਦੇ ਹਾਂ, ਜਿੰਨਾ ਕੁ ਅਸੀਂ ਆਪਣੇ ਵੱਲੋਂ ਕਰਨਾ ਚਾਹਵਾਂਗੇ ਉਹ ਅਸੀਂ ਕਰ ਰਹੇ ਹਾਂ। ਬਾਕੀ ਸਾਰਾ ਲੋਕਾਂ ਦੇ ਹੱਥ ਹੀ ਹੈ ਕਿ ਉਹ ਕਿਵੇਂ ਸਾਨੂੰ ਪਿਆਰ ਦਿੰਦੇ ਆ ਜਾਂ ਜੋ ਵੀ ਕਰਦੇ ਆ। ਅਤੇ ਉਹਦੀ ਸਟੋਰੀ ਦੱਸਣੀ ਚਾਹੂੰਗਾ ਕਿ ਉਹਦੀ ਸਟੋਰੀ, ਉਹ ਇਹ ਸਟੋਰੀ ਹੈ ਕਿ ਮੈਂ ਟ੍ਰੇਨ ਦੇ ਵਿੱਚ ਆ ਰਿਹਾ ਸੀ ਜੀ, ਮੈਂ ਉੱਥੋਂ ਤੇ ਉਹਨਾਂ ਦੀ ਬੋਡੀ ਘਰੇ ਆਈ ਹੈ ਅਤੇ ਬਹੁਤ ਛੋਟਾ ਜਿਹਾ ਬੱਚਾ ਫੋਟੋ ਨੂੰ ਸਲਿਊਟ ਕਰ ਰਿਹਾ ਸੀਗਾ। ਅਤੇ ਮੈਂ ਉਹ ਫੋਟੋ ਵੇਖੀ ਅਖਬਾਰ ਦੇ ਵਿੱਚ ਅਤੇ ਮੈਂ ਸੋਚਿਆ ਵੀ ਕੀ ਬੀਤਦੀ ਹੋਊਗੀ ਵੀ ਜਦੋਂ ਕਿਸੇ, ਜਿਵੇਂ ਮੇਰੇ ਫਾਦਰ ਦੀ 2012 ਦੇ ਵਿੱਚ ਇੰਤਕਾਲ ਹੋ ਗਿਆ ਸੀਗਾ। ਅਤੇ ਉਸ ਤੋਂ ਬਾਅਦ ਹਰ ਬੰਦਾ ਸੋਚਦਾ ਕਿ ਪਿੱਛੋਂ ਫੈਮਿਲੀ ਦੀ ਸਟੇਬਿਲਿਟੀ ਹਿੱਲ ਜਾਂਦੀ ਹੈ ਜੀ, ਸਾਰਿਆਂ ਨੂੰ ਪਤਾ। ਉਹ ਮੈਂ ਗਾਣਾ ਲਿਖਿਆ ਕਿ ਇੱਕ ਔਰਤ ਵੱਲੋਂ, ਵੇ ਸੁਣੀਆਂ ਕਰਕੇ ਰਾਮ ਇਸ ਕਰਦੀਆਂ ਠੰਡੀਆਂ ਛਾਵਾਂ, ਦਰਦ ਨਾ ਅਸੀਂ ਕਦੇ ਵੇਖੇ ਸੀ, ਹੁਣ ਕਿਨੂੰ ਮੈਂ ਦਰਦ ਸੁਣਾਵਾਂ, ਕਿਨੂੰ ਮੈਂ ਦਰਦ ਸੁਣਾਵਾਂ, ਵੇ ਸੁਣੀਆਂ ਕਰਕੇ ਰਾਮ ਇਸ ਕਰਦੀਆਂ ਠੰਡੀਆਂ ਛਾਵਾਂ, ਦਰਦ ਨਾ ਅਸੀਂ ਕਦੇ ਵੇਖੇ ਸੀ, ਹੁਣ ਕਿਨੂੰ ਮੈਂ ਦਰਦ ਸੁਣਾਵਾਂ, ਕਿਨੂੰ ਮੈਂ ਦਰਦ ਸੁਣਾਵਾਂ। ਤੇਰਾ ਪੁੱਤ ਤੇਰੇ ਬਾਰੇ ਰੋਜ਼ ਪੁੱਛਦਾ, ਨਾ ਦੱਸੇ ਤੇ ਉਹ ਰੁੱਸਦਾ, ਦੱਸ ਕੀ ਵੇ ਤੇਰਾ ਪਤਾ ਟਿਕਾਣਾ, ਮੈਂ ਵੀ ਉੱਥੇ ਆ ਜਾਵਾਂ, ਉੱਥੇ ਆ ਜਾਵਾਂ, ਵੇ ਸੁਣੀਆਂ ਕਰਕੇ ਰਾਵਾਂ ਇਸ ਕਰਦੀਆਂ ਠੰਡੀਆਂ ਛਾਵਾਂ, ਦਰਦ ਨਾ ਅਸੀਂ ਕਦੇ ਵੇਖੇ ਸੀ, ਹੁਣ ਕਿਨੂੰ ਮੈਂ ਦਰਦ ਸੁਣਾਵਾਂ, ਕਿਨੂੰ ਮੈਂ ਦਰਦ ਸੁਣਾਵਾਂ। ਧੰਨਵਾਦ। ਬੜਾ ਚੰਗਾ ਲੱਗਦਾ ਹੈ ਜਦੋਂ ਨਵੇਂ ਅਗਲੀ ਜਨਰੇਸ਼ਨ ਦੇ ਬੱਚੇ ਆਪਣੇ ਪੈੜਾਂ ਨੂੰ ਪਛਾਣ ਕੇ ਅੱਗੇ ਤੁਰਦੇ ਨੇ। ਉਹਨਾਂ ਵਿੱਚੋਂ ਇੱਕ ਤੇਜ ਜੰਜੂਆ ਵੀ ਸਾਡੇ ਵਿੱਚ ਸ਼ਾਮਿਲ ਹੈ, ਜਿਨ੍ਹਾਂ ਨੂੰ ਸੁਣ ਲਈ, ਮਾਨਣ ਲਈ ਅਸੀਂ ਇੱਥੇ ਆਏ ਹਾਂ। ਪਰ ਇੱਕ ਸੁਜੈਸ਼ਨ ਮੇਰਾ ਜ਼ਰੂਰ ਹੈ, ਕਿਉਂਕਿ ਗਾਇਕੀ ਮੈਨੂੰ ਲੱਗਦਾ ਲੀਹੋਂ ਬਹੁਤ ਪਰੇ ਨੂੰ ਜਾ ਰਹੀ ਹੈ। ਹੁਣ ਹੀ ਗੱਲ ਇਹਨਾਂ ਨੇ, ਪੈਰਾ ਸਿੰਘ ਹੋਰਾਂ ਨੇ ਕੀਤੀ ਸੀ ਕਿ ਜੰਮਲੇ ਜੱਟ ਦੇ ਗੀਤਾਂ ਨੂੰ ਸੁਣਨ ਦੇ ਲਈ ਸਾਨੂੰ ਵਾਰ ਵਾਰ ਉਤੇਜਿਤ ਹੋਣਾ ਪੈਂਦਾ ਹੈ, ਸਾਡੇ ਅੰਦਰ ਇੱਛਾ ਜਾਗਦੀ ਹੈ, ਜਾਂ ਅਸੀਂ ਪੁਰਾਣੇ ਗੀਤਾਂ ਨੂੰ ਕਿਉਂ ਹੁਣ ਸੁਣਦੇ ਹਾਂ, ਇੱਕ ਸਵਾਲ ਹੈ।
ਪਰ ਅੱਜ ਦੇ ਗੀਤ ਇੱਕ ਰਾਤ ਤੋਂ ਬਾਅਦ ਕਿਉਂ ਨਹੀਂ ਸੁਣੇ ਜਾਂਦੇ? ਇਹ ਵੀ ਇੱਕ ਸਵਾਲ ਹੈ। ਇਹਨਾਂ ਗੀਤਾਂ ਨੂੰ ਅੱਗੇ ਤੋਰਨ ਦੇ ਲਈ ਇਹਨਾਂ ਨੌਜਵਾਨਾਂ ਦੇ ਮੋਢਿਆਂ 'ਤੇ ਮੇਰੇ ਖਿਆਲ ਨਾਲ ਬਹੁਤ ਜ਼ਿਆਦਾ ਭਾਰ ਹੈ। ਚੰਗੇ ਗੀਤਾਂ ਨੂੰ ਅੱਗੇ ਲੈ ਕੇ ਆਉਣਾ, ਚੰਗੇ ਗੀਤਾਂ ਨੂੰ ਲੋਕਾਂ ਦੇ ਵਿੱਚ ਪੇਸ਼ ਕਰਨਾ, ਉਹਨਾਂ ਦੀਆਂ ਚੰਗੀਆਂ ਵੀਡੀਓ ਬਣਾਉਣਾ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸਮਾਜ ਦੀ ਚੰਗੀ ਸੇਵਾ, ਚੰਗੀ ਸਿਹਤ ਕਹੀ ਜਾ ਸਕਦੀ ਹੈ। ਇਸ ਜੰਜੂਆ ਨੂੰ ਬਹੁਤ ਵਧਾਈ ਦੇਣਾ ਚਾਹੁੰਦਾ, ਜਿਹੜੇ ਉਹਨੇ ਉਮਰ ਦੇ ਹਿਸਾਬ ਦੇ ਨਾਲ ਜਿਹੜੀ ਉਹਨੇ ਸ਼ਬਦਾਵਲੀ ਦੀ ਚੋਣ ਕੀਤੀ ਹੈ। ਮੇਰੇ ਖਿਆਲ ਦੇ ਵਿੱਚ ਅੱਜ ਕੱਲ੍ਹ ਜੇ ਕਿਸੇ ਨੌਜਵਾਨ ਨੂੰ ਦੇਖਿਆ ਜਾਏ ਤਾਂ ਉਹਦੇ ਕੋਲ ਤਵੱਕੋ ਨਹੀਂ ਕੀਤੀ ਜਾ ਸਕਦੀ, ਪਰ ਬਹੁਤ ਵਧੀਆ ਸ਼ਬਦਾਵਲੀ ਇਹਨਾਂ ਨੇ ਵਰਤੀ ਹੈ। ਮੈਂ ਤਲਵਿੰਦਰ ਸਿੰਘ ਮੰਡੀ ਕੱਲ੍ਹ ਨਾਲ ਸਹਿਮਤ ਹਾਂ ਕਿ ਇਹਨਾਂ ਨੂੰ ਇਹੋ ਜਿਹੀ ਸ਼ਬਦਾਵਲੀ ਵਰਤਣੀ ਚਾਹੀਦੀ ਹੈ, ਕਿਉਂਕਿ ਅਸੀਂ ਜੋ ਵੀ ਲਿਖਦੇ ਹਾਂ ਉਹਦੇ ਲਿਖਣ ਦੇ ਨਾਲ ਨਾਲ ਸਮਾਜ ਨੂੰ ਸੇਧ ਦੇਣਾ ਇੱਕ ਸਾਡੀ ਜ਼ਿੰਮੇਵਾਰੀ ਬਣਦੀ ਹੈ ਲੇਖਕ ਦੇ ਤੌਰ 'ਤੇ। ਅਤੇ ਬਾਕੀ ਕੁਲਜੀਤ ਸਿੰਘ ਜੰਜੂਹਾਣਾ ਦਾ ਬਹੁਤ ਧੰਨਵਾਦ। ਸੋ ਬਹੁਤ ਅੱਛਾ ਗੀਤ ਇਹਨਾਂ ਨੇ ਬਣਾਇਆ, ਬਹੁਤ ਅੱਛਾ ਮਿਊਜ਼ਿਕ, ਬਹੁਤ ਅੱਛੀ ਮਿਊਜ਼ਿਕ ਵੀਡੀਓ, ਅਤੇ ਸਾਰੇ ਜਿੰਨੇ ਪਤਵੰਤ ਸੱਜਣ ਪਹੁੰਚੇ ਹੋ, ਸਤ ਬਾਜਵਾਲ ਜੀ, ਹਰਜੀਤ ਬਾਜਵਾ ਜੀ, ਮਨਦੀਪ ਬਾਜਵਾਲ, ਔਜਲਾ ਸਾਹਿਬ, ਕੈਰੀ ਠੋਰ ਜੀ ਅਤੇ ਕੁਲਜੀਤ ਭਾਜੀ, ਸੋ ਸਪੈਸ਼ਲੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਛੋਟੇ ਵੀਰ ਬੈਸਟ ਵਿਸ਼ਸ ਸਾਡੇ ਵੱਲੋਂ ਸਾਰਿਆਂ ਵੱਲੋਂ। ਜਿੱਦਾਂ ਸੇਖਾ ਭਾਜੀ ਨੇ ਦੱਸਿਆ ਵੀ ਅਸੀਂ ਵੀ ਤਕਰੀਬਨ 12-14 ਸਾਲ ਤੋਂ ਲੱਗੇ ਹੋਏ ਹਾਂ, ਮਿਹਨਤ ਕਰਨ ਵਿੱਚ ਹੀ ਹਾਂ। ਸੋ ਚੰਗੇ ਜਿਹੜੇ ਗੀਤ ਆ ਅਸੀਂ ਵੀ ਕੋਸ਼ਿਸ਼ ਕਰੀ ਦੀ ਵੀ ਲੈ ਕੇ ਆਈਏ। ਸੋ ਬਹੁਤ ਵਧੀਆ ਸਟੈਪ। ਅੱਜ ਤੇਜ਼ ਜੰਜੂਆ ਇੱਕ ਨੌਜਵਾਨ ਗੀਤਕਾਰ, ਉਸਦਾ ਪਲੇਠੀ ਦਾ ਗੀਤ ਜਿਹੜਾ ਉਹ ਰਿਲੀਜ਼ ਕੀਤਾ ਗਿਆ, ਉਸ ਗੀਤ ਦਾ ਨਾਂ ਹੈ ਤੋਰਫੀ। ਔਰ ਇਹ ਬਹੁਤ ਹੀ ਪਿਆਰਾ ਗੀਤ ਹੈ ਜੋ ਸਾਡੀਆਂ ਸਮਾਜਿਕ ਬੁਰਾਈਆਂ ਦੇ ਨਾਲ ਜੁੜਿਆ ਹੋਇਆ, ਜਿਸ ਵਿੱਚ ਖਾਸ ਤੌਰ 'ਤੇ ਡੋਮੈਸਟਿਕ ਵਾਇਲੈਂਸ ਦੀ ਗੱਲ ਕੀਤੀ ਗਈ ਹੈ, ਔਰ ਇਸੇ ਤਰ੍ਹਾਂ ਹੀ ਇਹਦੇ ਵਿੱਚ ਵਿਛੋੜੇ ਦੀ ਗੱਲ ਕੀਤੀ ਗਈ ਹੈ, ਔਰ ਇਸੇ ਤਰ੍ਹਾਂ ਇਹਦੇ ਵਿੱਚ ਗੈਂਗਸਟਰਸ ਦੇ ਬਾਰੇ ਵੀ ਗੱਲ ਕੀਤੀ ਗਈ। ਬਹੁਤ 4 ਮਿੰਟ ਦਾ ਗੀਤ ਹੈ, ਬਹੁਤ ਖੂਬਸੂਰਤ ਵੀਡੀਓ ਆ, ਔਰ ਵਧੀਆ ਗੱਲ ਇਹ ਹੈ ਕਿ ਤੇਜ਼ ਜੰਜੂਆ ਦੀ ਆਵਾਜ਼ ਜਿਹੜੀ ਹੈ ਉਹ ਬਹੁਤ ਹੀ ਪਿਆਰੀ ਹੈ, ਮਿੱਠੀ ਹੈ, ਸਰੋਦੀ ਹੈ, ਔਰ ਉਹ ਆਵਾਜ਼ ਕੰਨਾਂ ਨੂੰ ਭਾਉਂਦੀ ਹੈ। ਔਰ ਇਸ ਕਰਕੇ ਮੈਂ ਅੱਜ ਦੇ ਇਸ ਮੌਕੇ 'ਤੇ ਕੁਲਜੀਤ ਜੰਜੂਆ, ਜਿਨ੍ਹਾਂ ਦਾ ਕਿ ਉਹ ਭਤੀਜਾ ਲੱਗਦਾ ਹੈ ਤੇਜ਼ ਜੰਜੂਆ, ਇਹਦੇ ਸਾਰੇ ਪਰਿਵਾਰ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ, ਔਰ ਆਸ ਕਰਦਾ ਹਾਂ ਕਿ ਇਹ ਗੀਤ ਉਹਨਾਂ ਦਾ ਚੰਗਾ ਚੱਲੇ। ਧੰਨਵਾਦ। ਅੱਜ ਤੇਜ਼ ਜੰਜੂਆ ਉਹਨਾਂ ਦਾ ਅੱਜ ਪਹਿਲਾ ਗੀਤ ਰਿਲੀਜ਼ ਹੋ ਰਿਹਾ, ਅਤੇ ਉਹਨਾਂ ਨੂੰ ਸ਼ੁਭਕਾਮਨਾਵਾਂ। ਵੀਡੀਓ ਦੇਖੀ ਅਤੇ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਜੋ ਦੇਖੀ ਅਤੇ ਇਹ ਚੰਗਾ ਲੱਗਿਆ ਵੀ ਗੀਤ ਦਾ ਹਿੱਟ ਹੋਣਾ ਜਾਂ ਨਹੀਂ ਹੋਣਾ ਉਹ ਬਾਅਦ ਦੀ ਗੱਲ ਆ, ਪਰ ਜੋ ਉਸਨੇ ਗਾਇਆ ਉਹਦੀ ਆਵਾਜ਼ ਦੇ ਵਿੱਚ ਦਰਦ, ਉਹਦੀ ਆਵਾਜ਼ ਸੁਣਨ ਤੋਂ ਹੀ ਪਤਾ ਲੱਗਿਆ ਕਿ ਇਹ ਸਿੱਖ ਕੇ ਮਾਰਕੀਟ ਬਚਾ ਰਹੇ ਹੈ। ਗੀਤ ਦੀ ਸਿਲੈਕਸ਼ਨ, ਜੋ ਗੀਤ ਦੀ ਚੋਣ ਕੀਤੀ ਗਈ ਹੈ, ਉੱਥੋਂ ਪਤਾ ਲੱਗਦਾ ਕਿ ਉਹ ਸੋਚ ਕਿੱਦਾਂ ਦੀ ਹੈ। ਬਹੁਤ ਸੋਹਣਾ ਗੀਤ ਆ, ਤੂੰ ਰਫਤੀ ਬਹੁਤ ਵਧੀਆ ਮਿਊਜ਼ਿਕ, ਵੀਡੀਓ ਬਹੁਤ ਸੋਹਣਾ। ਸਾਡੇ ਸਾਰਿਆਂ ਦੇ ਵੱਲੋਂ ਤੇਜ਼ ਜੰਜੂਆ ਦੀ ਸਾਰੀ ਟੀਮ ਨੂੰ ਸ਼ੁਭਕਾਮਨਾਵਾਂ, ਅਤੇ ਸਾਰੇ ਜਣੇ ਗੀਤ ਜ਼ਰੂਰ ਦੇਖੋ। ਮੈਂ ਤੇਜ਼ ਜੰਜੂਆ ਅਤੇ ਕੁਲਜੀਤ ਸਿੰਘ ਜੰਜੂਆ ਨੂੰ ਵਧਾਈ ਦੇਣਾ ਚਾਹੁੰਦਾ, ਜਿਹੜਾ ਇਹਨਾਂ ਨੇ ਪ੍ਰੋਜੈਕਟ ਕੀਤਾ। ਇਹਦੇ ਉੱਤੇ ਮੈਂ ਸੁਣ ਕੇ ਦੇਖਿਆ ਕਿ ਜੰਜੂਆ ਪਰਿਵਾਰ ਦੇ ਵਿੱਚ ਇਹ ਲਿਖਣ ਕਲਾ ਅਤੇ ਗਾਉਣ ਕਲਾ ਜਿਹੜੀ ਹੈਗੀ ਹੈ ਉਹ ਬਹੁਤ ਵਧੀਆ ਹੈਗੀ ਹੈ, ਅਤੇ ਜਿਹੜਾ ਤੇਜ਼ ਜੰਜੂਆ ਹੈਗਾ ਉਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਸੰਭਾਵਨਾਵਾਂ ਨੇ। ਮੈਂ ਜੰਜੂਆ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਿੰਦਾ, ਅਤੇ ਮੈਂ ਉਸ ਬੱਚੇ ਨੂੰ ਇਹ ਮਤਲਬ ਇਹ ਕਰਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਬੱਚਾ ਬਹੁਤ ਮਤਲਬ ਤਰੱਕੀ ਕਰੇਗਾ ਗਾਇਕੀ ਦੇ ਖੇਤਰ ਦੇ ਵਿੱਚ, ਅਤੇ ਜੰਜੂਆ ਪਰਿਵਾਰ ਨੂੰ ਬਹੁਤ ਬਹੁਤ ਸ਼ੁਭਕਾਮਨਾ। ਅੱਜ ਜੋ ਅਸੀਂ ਇੱਥੇ ਇਕੱਤਰ ਹੋਏ ਹਾਂ ਅਤੇ ਜੰਜੂਆ ਦੀ ਪਲੇਠੀ ਜਿਹੜਾ ਇਸ ਗੀਤ ਹੈਗਾ ਉਹਨੂੰ ਰਿਲੀਜ਼ ਕਰਨ ਲਈ ਅੱਜ ਇੱਥੇ ਇਕੱਠੇ ਹੋਏ ਹਾਂ, ਇਹ ਹੋਣਹਾਰ ਨੌਜਵਾਨ ਬਹੁਤ ਹੀ ਵਧੀਆ ਜਿਹੜਾ ਵਿਸ਼ੇ 'ਤੇ ਆਪਣਾ ਗੀਤ ਲੈ ਕੇ ਆਇਆ, ਅਤੇ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਵੀ ਜ਼ਰੂਰ ਇਸ ਗੀਤ ਨੂੰ ਉਹ ਸਾਂਝੇ ਕਰਨ। ਅੱਜ ਰਾਤ ਨੂੰ ਇਹ ਰਿਲੀਜ਼ ਹੋ ਜਾਣਾ ਦੂਸਰੇ 'ਤੇ ਜਿਹੜੀ ਯੂਟਿਊਬ 'ਤੇ।
ਤੇ ਕੱਲ ਸਵੇਰੇ ਅਰਲੀ ਇਨ ਦਾ ਮਾਰਨਿੰਗ ਇੰਡੀਆ ਦੇ ਵਿੱਚ ਵੀ ਰਿਲੀਜ਼ ਹੋ ਜਾਣਾ। ਤੇ ਮੇਰੀ ਇੱਕ ਵਾਰੀ ਫੇਰ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਤੇਜ਼ ਜੰਜੂਆ ਦੀ ਆਵਾਜ਼ ਨੂੰ ਜ਼ਰੂਰ ਸੁਣੋ ਤੇ ਵੱਧ ਤੋਂ ਵੱਧ ਤੁਸੀਂ ਇਹਨੂੰ ਸ਼ੇਅਰ ਕਰੋ, ਕਿਉਂਕਿ ਉਹ ਬਹੁਤ ਹੀ ਵਧੀਆ ਇਸ਼ੂਜ਼ ਤੇ ਇਹ ਗੀਤ ਲੈ ਕੇ ਆਇਆ ਆਪਣਾ। ਧੰਨਵਾਦ ਜੀ। ਅੱਜ ਅਸੀਂ ਪਹੁੰਚੇ ਹਾਂ ਜੀ, ਗੀਤ ਰਿਲੀਜ਼ ਹੋਇਆ ਤੂੰ ਰਫਤੀ, ਸੋ ਬਹੁਤ ਅੱਛੀ ਤੇ ਸੁਰੀਲੀ ਆਵਾਜ਼ ਤੇਜ਼ ਜੰਜੂਆ ਜੀ, ਸੋ ਉਹਨਾਂ ਦਾ ਜਿਹੜਾ ਗੀਤ ਹੈ ਰਿਲੀਜ਼ ਕੀਤਾ ਗਿਆ ਕੁਲਜੀਤ ਭਾਅ ਜੀ ਹੁਣਾਂ ਵੱਲੋਂ, ਅਤੇ ਮੇਰੇ ਵੱਲੋਂ ਬੈਸਟ ਵਿਸ਼ਿਸ, ਅਤੇ ਤੁਸੀਂ ਵੀ ਸਾਰੇ ਜਣੇ ਇਸ ਗੀਤ ਨੂੰ ਜ਼ਰੂਰ ਸੁਣਿਓ, ਕਿਉਂਕਿ ਬਹੁਤ ਵਧੀਆ ਇਸ ਗੀਤ ਦੇ ਵਿੱਚ ਮੈਸੇਜ ਆ ਅਤੇ ਸਿਹਤ ਦੇਣ ਵਾਲਾ ਗੀਤ ਆ, ਅਤੇ ਜ਼ਰੂਰ ਤੁਸੀਂ ਦੇਖਿਓ। ਸ਼ੁਭਕਾਮਨਾਵਾਂ ਤੇਜ਼ ਜੰਜੂਆ ਜੀ ਨੂੰ। ਸਤਿ ਸਤਿ ਸ਼੍ਰੀ ਅਕਾਲ। ਮੇਰਾ ਗਾਣਾ ਆ ਰਿਹਾ ਤੂੰ ਰਫਤੀ ਯੂ ਲੈਫਟ। ਤੂੰ ਰਫਤੀ ਦਾ ਮਤਲਬ ਹੈ ਜੀ, ਇਹ ਪਰਸ਼ੀਅਨ ਅੱਖਰ ਵਰਤਿਆ ਗਿਆ। ਇਹਦੇ ਵਿੱਚ ਅਸੀਂ ਤਿੰਨ ਸਟੋਰੀਜ਼ ਵਿਖਾਉਣ ਦੀਆਂ ਕੋਸ਼ਿਸ਼ ਕੀਤੀਆਂ ਨੇ, ਤਿੰਨ ਸੋਸ਼ਲ ਇਸ਼ੂਜ਼ ਰੇਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਤਾਂ ਜਿਹੜਾ ਗੈਂਗਸਟਰਸ ਨੇ, ਦੂਜਾ ਜਿਹੜੀ ਡੋਮੈਸਟਿਕ ਵਾਇਲੈਂਸ ਹੈ, ਅਤੇ ਇੱਕ ਐਕਸਪ੍ਰੈਸ਼ਨ ਦਿਖਾਈ ਗਈ ਹੈ ਕਿ ਆਰਮੀ ਪਰਸਨ ਹੈ ਉਹਨਾਂ ਦੀ ਵਾਈਫ ਉਹਨਾਂ ਨੂੰ ਛੱਡ, ਮਤਲਬ ਆਰਮੀ ਪਰਸਨ ਵਾਈ ਚਲਾ ਜਾਂਦਾ ਅਤੇ ਵਾਈਫ ਦਾ ਪਿੱਛੋਂ ਕੀ ਹਾਲ ਹੁੰਦਾ ਇਕੱਲੀ ਦਾ। ਅਤੇ ਉਮੀਦ ਕਰਦਾ ਕਿ ਚੰਗੀ ਗਾਇਕੀ ਨੂੰ ਤੁਸੀਂ ਸਾਰੇ ਸਪੋਰਟ ਕਰੋਗੇ। ਧੰਨਵਾਦ। ਚੜ੍ਹਦੀ ਕਲਾ ਟਾਈਮ ਟੀਵੀ ਲਈ ਟੋਰਾਂਟੋ ਤੋਂ ਚਮਕੌਰ ਮਾਛੀ ਕੇ ਦੀ ਰਿਪੋਰਟ।